ਹਾਂਜੀ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਹੈ ਗੱਲ ਦੇ ਗਹਿਣੇ ਉਮੀਦ ਆ ਤੁਹਾਡੇ ਇਮਤਿਹਾਨ ਦੇ ਪੱਖ ਤੋਂ ਕੁਝ ਨਾ ਕੁਝ ਜ਼ਰੂਰ ਨਵਾਂ ਸਿੱਖਣ ਨੂੰ ਮਿਲੇਗਾ ਇਸ ਚੈਨਲ ਤੋਂ ਤੇ ਵੀਡੀਓ ਦੇ ਵਿੱਚ ਜਾਣਕਾਰੀ ਸੰਖੇਪ ਦੇ ਵਿੱਚ ਕਰਾਂਗੇ ਕੋਸ਼ਿਸ਼ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਹਾਂਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਅਤਰਦਾਨ ਬਾਰੇ ਫਿਰ ਤੌਂਕ ਬਾਰੇ ਅਤਰਦਾਨ ਕੀ ਅਸਲ ਦੇ ਵਿੱਚ ਰੇਸ਼ਮੀ ਧਾਗੇ ਦੇ ਨਾਲ ਲਟਕਣ ਵਾਲਾ ਸੋਨੇ ਦਾ ਪੈਡਲ ਨੁਮਾ ਕਹਿਣਾ ਪੈਡਲ ਨੁਮਾ ਕਹਿਣਾ ਸੋਨੇ ਦਾ ਰੇਸ਼ਮੀ ਧਾਗਾ ਤਿੰਨ ਗੱਲਾਂ ਯਾਦ ਰੱਖਣੀਆਂ ਨੇ ਰੇਸ਼ਮੀ ਧਾਗੇ ਨਾਲ ਲਟਕਦਾਗਾ ਸੋਨੇ ਦਾ ਪੈਡਲ ਨੁਮਾ ਕਹਿਣਾ ਹੁੰਦਾਗਾ ਅਤਰਦਾਨ ਨਾਮ ਵੀ ਯਾਦ ਰੱਖਣਾ ਜਿਹਦੇ ਪਿਛਲੇ ਪਾਸੇ ਇੱਕ ਡੱਬੀ ਹੁੰਦੀ ਹੈ ਤੇ ਇਸ ਡੱਬੀ ਵਿੱਚ ਅਤਰ ਫਲੇ ਰਾਦ ਪਾਇਆ ਜਾਂਦਾਗਾ ਵੈਸੇ ਅਤਰ ਤੋਂ ਯਾਦ ਰੱਖ ਲੈਣਾ ਤੁਸੀਂ ਅਤਰ ਤੇ ਚਾਂਦੀ ਦੇ 10 ਰੁਪਈਆ ਨੂੰ 10 ਰੁਪਈਆ ਨੂੰ 10 ਕੁੰਡੇ ਲਗਵਾਏ ਜਾਂਦੇ ਹਨ ਇਹ ਵੀ ਧਿਆਨ ਚ ਰੱਖਣਾ ਚਾਂਦੀ ਦੇ 10 ਰੁਪਈਆ ਨੂੰ 10 ਕੁੰਡੇ ਲਗਵਾਏ ਜਾਂਦੇ ਹਨ ਹਾਰ ਦੇ ਦੋਹੀਂ ਪਾਸੇ 5-5 ਰੁਪਏ 50-50 ਰੁਪਏ ਅਤੇ ਵਿਚਕਾਰ ਅਤਰਦਾਨ ਬਣਾਇਆ ਜਾਂਦਾ ਹੈ ਦੋਮੇ ਪਾਸੇ 5-5 ਰੁਪਏ ਤੇ ਵਿਚਕਾਰ ਅਤਰਦਾਨ ਬਣਾਇਆ ਜਾਂਦਾ ਹੈ ਤੇ ਇਹ ਚੌਰਸ ਬਟੂਏ ਦੇ ਆਕਾਰ ਦਾ ਹੁੰਦਾ ਹੈ ਤੇ ਇਹਦੇ ਉੱਪਰ ਢੋਲਣ ਤੇ ਛੇਠਾਂ ਬੋਰ ਹੁੰਦੇ ਹਨ ਹੁਣ ਇਹਨੂੰ ਉਲਝਣਾ ਨਹੀਂ ਬਹੁਤਾ ਸਿਰਫ ਤੁਸੀਂ ਕੀ ਗੱਲਾਂ ਯਾਦ ਰੱਖਣੀਆਂ ਨੇ ਤੁਸੀਂ ਯਾਦ ਰੱਖਣੀਆਂ ਨੇ ਕਿ ਤਾਂ ਰਸਮੀ ਤਾਗੇ ਤੇ ਹੁੰਦਾ ਜੀ ਇਹ ਸੋਨੇ ਦਾ ਪੈਡਲ ਨੂੰ ਮਾਗਣਾ ਹੁੰਦਾਗਾ ਡੱਬੀ ਹੁੰਦੀ ਹੈ ਜਿਹਦੇ ਇੱਕ ਮਾਗਣਾ ਠੀਕ ਹੈ ਨਾ ਅਤਰ ਫਲੇਲੇ ਦੇ ਵਿੱਚ ਪਾਇਆ ਜਾਂਦਾ ਤੇ 10 ਰੁਪਿਆ ਦੀ ਗੱਲ ਹੈ ਚਾਂਦੀ ਦੇ 5 ਇੱਕ ਪਾਸੇ ਤੇ 5 ਇੱਕ ਪਾਸੇ ਵਿਚਕਾਰ ਡੱਬੀ ਬਸ ਦੋ ਤਿੰਨ ਗੱਲਾਂ ਯਾਦ ਰੱਖ ਲਿਓ ਅਤਰਦਾਨ ਤੇ ਯਾਦ ਸਭ ਤੋਂ ਵੱਡੀ ਗੱਲ ਇਹ ਰੱਖਣੀ ਆ ਕਿ ਗੱਲ ਦਾ ਗਹਿਣਾ ਹੈ ਅਗਲਾ ਜਿਹੜਾ ਸਾਡੇ ਕੋਲ ਤੌਖ ਇਹ ਚੰਨ ਦੇ ਕਹਿ ਸਕਦੇ ਆ ਚੰਨ ਵਰਗਾ ਹੁੰਦਾ ਨਾ ਚੰਨ ਗੱਲ ਦਾ ਗਹਿਣਾਗਾ ਤੌਖ ਤੌਖ ਯਾਦ ਰੱਖਣਾ ਤੌਖ ਇਹ ਇਹ ਗਹਿਣਾ ਪੁਰਾਣੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਮੁਸਲਮਾਨਾਂ ਦੀ ਆਮਦ ਸਮੇਂ ਭਾਰਤ ਦੇ ਵਿੱਚ ਆਇਆ ਮੁਸਲਮਾਨ ਜਦੋਂ ਭਾਰਤ ਦੇ ਵਿੱਚ ਆਏ ਉਹਨਾਂ ਦੇ ਆਉਣ ਦੇ ਨਾਲ ਇਹ ਆਇਆਗਾ ਭਾਰਤ ਦੇ ਵਿੱਚ ਤੌਕ ਯਾਦ ਰੱਖਣਾ ਤੌਕ ਅਤੇ ਪੰਜਾਬ ਦੀ ਵੰਡ ਤੋਂ ਬਾਅਦ ਇਹ ਗਹਿਣਾ ਲੋਪ ਹੋ ਗਿਆ ਭਾਰਾ ਗਹਿਣਾ ਹੁੰਦਾ ਸੀਗਾ ਤੇ ਅਸਲ ਦੇ ਵਿੱਚ ਜਿਵੇਂ ਗੱਲ ਕੀਤੀ ਆ ਕਿ ਮੁਸਲਮਾਨਾਂ ਦੇ ਆਉਣ ਦੇ ਨਾਲ ਇਹ ਆਇਆਗਾ ਤਾਂ ਜੇ ਪੰਜਾਬ ਦੀ ਗੱਲ ਕਰੀਏ ਤੇ ਭਾਰਤ ਦੀ ਗੱਲ ਕਰੀਏ ਮਲੇਰ ਕੋਟਲਾ ਤੇ ਰਾਜਸਥਾਨ ਪੰਜਾਬ ਦੇ ਵਿੱਚ ਮਲੇਰ ਕੋਟਲਾ ਤੇ ਰਾਜਸਥਾਨ ਲੱਗਦੇ ਕਈ ਇਲਾਕਿਆਂ ਵਿੱਚ ਅਜੇ ਵੀ ਇਹ ਗਹਿਣਾ ਆਟਾਵਾ ਟਕਾ ਪਹਿਨਿਆ ਹੋਇਆ ਮਿਲਦਾ ਹੈ ਇਹ ਆਪਣੇ ਚੈਨਲ ਤੇ ਜੁੜੇ ਹੋਏ ਰਾਜਸਥਾਨ ਵਾਲਦੇ ਜਿਹੜੇ ਵਿਦਿਆਰਥੀ ਨੇ ਹੋ ਸਕਦਾ ਉਹਨਾਂ ਨੇ ਕਿਤੇ ਦੇਖਿਆ ਹੋਵੇ ਜਾਂ ਸੁਣਿਆ ਹੋਵੇ ਬਜ਼ੁਰਗਾਂ ਕੋਲੋਂ ਤਾਂ ਜ਼ਰੂਰ ਦੱਸਿਓ ਜੇ ਕੋਈ ਮਲੇਰ ਕੋਟਲੇ ਵੱਲ ਦਾ ਤਾਂ ਜ਼ਰੂਰ ਉਹ ਵੀ ਇਦੇ ਬਾਰੇ ਦੱਸਿਓ ਟਿੱਪਣੀ ਕਰਕੇ ਦੱਸਿਓ ਜੇ ਹੈ ਮਲੇ ਕੋਟਲੇ ਵਾਲਾ ਤਾਂ ਉਹ ਵੀ ਦੱਸਿਓ ਕਿ ਹਾਂਜੀ ਹੈ ਚਾਹੇ ਨਹੀਂ ਹੈ ਜ਼ਰੂਰ ਦੱਸਿਓ ਇਹ ਗੱਲ ਨੂੰ ਧਿਆਨ ਚ ਰੱਖਣਾ ਅਗਲੀ ਗੱਲ ਕਰਦੇ ਆਂ ਆਪਾਂ ਟੇਬਟਾ ਟੇਬਟਾ ਇਹ ਭਾਰਾ ਗਹਿਣਾ ਹੁੰਦਾ ਕਾਫੀ ਭਾਰਾ ਹੁੰਦਾ ਸੋਨੇ ਦਾ ਬਣਾਇਆ ਜਾਂਦਾ ਹੈ ਤੇ ਇਹਦਾ ਵਜਨ ਘੱਟ ਤੋਂ ਘੱਟ 5 ਤੋਲੇ ਦਾ ਹੁੰਦਾ ਹੈ ਘੱਟ ਤੋਂ ਘੱਟ 5 ਤੋਲੇ ਦਾ ਤੇ ਇਹਦਾ ਆਕਾਰ ਪਾਣ ਦੇ ਪੱਤੇ ਵਰਗਾ ਹੁੰਦਾ ਟੇਬਟਾ ਟੇਬਟਾ ਯਾਦ ਰੱਖਣਾ ਗਲ ਦਾ ਗਹਿਣਾ ਇਹਦਾ ਆਕਾਰ ਪਾਣ ਦੇ ਪੱਤੇ ਵਰਗਾ ਹੁੰਦਾ ਸੋਨੇ ਦੀ ਗਲਤ ਹੋਈ ਗਈ ਤੇ 5 ਤੋਲੇ ਘੱਟੋ-ਘੱਟ ਇਹਨਾਂ ਨੇ ਕਿਹਾ ਤੇ ਇਸ ਦੀ ਕਾਰੀਗਰੀ ਜਿਹੜੀ ਬਹੁਤ ਹੀ ਵਾਰੀਕੀ ਤਾਰਾਂ ਨਾਲ ਕੀਤੀ ਜਾਂਦੀ ਹੈ ਨਿੱਜੀ ਸਰਵੇਖਣ ਦੌਰਾਨ ਪਤਾ ਲੱਗਾ ਕਿ ਇਸ ਗਹਿਣੀ ਨੂੰ ਬਣਾਉਣ ਲਈ ਬਹੁਤ ਦਿਨਾਂ ਦਾ ਸਮਾਂ ਲੱਗਦਾ ਜ਼ਰੂਰ ਲੱਗਦਾ ਹੋਊਗਾ ਜੀ ਪੱਕੀ ਗੱਲ ਹੈ ਇਹ ਤੇ ਇਸ ਨੂੰ ਰਾਜਿਆਂ ਮਹਾਰਾਜਿਆਂ ਅਤੇ ਅਮੀਰ ਪਰਿਵਾਰਾਂ ਵੱਲੋਂ ਤਰਨ ਕੀਤਾ ਜਾਂਦਾ ਸੀ ਅੱਜ ਕੱਲ੍ਹ ਇਹ ਗਹਿਣਾ ਰਾਜਸਥਾਨਾਂ ਲੱਗਦੇ ਪੰਜਾਬ ਵਿੱਚ ਕੇਵਲ ਜ਼ਾਗੀਰਦਾਰੀ ਸਮਾਜ ਵਿੱਚ ਹੀ ਵੇਖਣ ਨੂੰ ਮਿਲਦਾ ਤੇ ਇਹ ਵੀ ਤਕਰੀਬਨ ਜਿੰਨਾ ਕ ਪੜਿਆ ਆਪਾਂ ਜਿੰਨਾ ਕ ਸੁਣਿਆਗਾ ਕਾਫੀ ਗੱਲਾਂ ਇਹ ਸਾਹਮਣੇ ਆਈਆਂ ਨੇ ਕਿ ਜਿਹੜਾ ਇਹ ਗਹਿਣਿਆਂ ਨਾਲ ਲਗਾਵ ਅੱਜ ਕੱਲ ਇਹ ਦੇਖੀਏ ਤਾਂ ਰਾਜਸਥਾਨ ਵਾਲੇ ਪਾਸੇ ਵੱਲ ਦੱਸਿਆ ਜਾ ਰਿਹਾ ਥੋੜਾ ਬਹੁਤਾ ਤਾਂ ਜ਼ਰੂਰ ਇਹਦੇ ਬਾਰੇ ਸਪਸ਼ਟ ਕਰਿਓ ਜੀ ਇਹ ਗੱਲਾਂ ਹੈਗੀਆਂ ਵੀ ਦੇਖਣ ਦੇ ਵਿੱਚ ਮਿਲ ਰਹੀਆਂ ਨੇ ਕਿਉਂਕਿ ਜਿਹੜੀ ਨਵੀਂ ਪੀੜ੍ਹੀ ਆ ਨੌਜਵਾਨ ਪੀੜ੍ਹੀ ਆ ਉਹ ਤਾਂ ਨਹੀਂ ਪਰ ਫਿਰ ਵੀ ਘਰਾਂ 'ਚ ਬੈਠੇ ਬਜ਼ੁਰਗਾਂ ਨਾਲ ਜ਼ਰੂਰ ਪਹਿਲੀ ਵੀਡੀਓ ਦੇ ਵਿੱਚ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਉਹਨਾਂ ਨਾਲ ਬਹਿ ਕੇ ਗੱਲ ਜ਼ਰੂਰ ਕਰਿਓ ਆਪਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲੂਗਾ ਤੇ ਸਾਂਝਾ ਜ਼ਰੂਰ ਕਰਿਓ ਸਾਡੇ ਨਾਲ ਹਾਂਜੀ ਅਗਲਾ ਅਨਾਮ ਨਾਮੀਆਂ ਅਨਾਮ ਨਾਮੀਆਂ ਮਕਤੂਲ ਵਿੱਚ ਸੋਨੇ ਦਾ ਤਿਕੋਨਾ ਤਵੀਤ ਪਰੋ ਕੇ ਪਹਿਨਿਆ ਜਾਂਦਾ ਹੈ ਤਾਂ ਉਸ ਨੂੰ ਅਨਾਮ ਕਿਹਾ ਜਾਂਦਾ ਹੈ ਅਨਾਮ ਆੜੇ ਨਾਲ ਆਹੀ ਇੱਕ ਪਹਿਲਾਂ ਆਪਾਂ ਹੋਰ ਪੜਿਆ ਸੀ ਇਨਾਮ ਮਕਤੂਲ ਵਿੱਚ ਦੋਹੀ ਪਾਸੇ ਇੱਕ ਇੱਕ ਅਨਾਮ ਦੇ ਵਿਚਕਾਰ ਵੱਡਾ ਅਨਾਮ ਪਰੋ ਕੇ ਪਹਿਨਿਆ ਜਾਂਦਾ ਹੈ ਇਸ ਨੂੰ ਅਨਾਮ ਨਾਮੀਆਂ ਕਿਹਾ ਜਾਂਦਾ ਹੈ ਹੁਣ ਇਹਦੇ ਵੱਖੋ ਵੱਖਰੇ ਆਕਾਰ ਦੇ ਹੁੰਦੇ ਨੇ ਤੇ ਇਹਨਾਂ ਦੇ ਜਿਹੜੇ ਨਾਮੇ ਦੇ ਵੱਖੋ ਵੱਖਰੇ ਆਕਾਰ ਹੁੰਦੇ ਹਨ ਜਿਵੇਂ ਪਾਣ ਦੇ ਪੱਤੇ ਵਰਗੇ ਤਵੀਤ ਨਮਾ ਚੌਰਸ ਤੇ ਗੋਲ ਬਸ ਅਸੀਂ ਕੀ ਯਾਦ ਰੱਖਣਾ ਨਾਮ ਨਾਮੀਆਂ ਗਹਿਣਾ ਜਿਹੜਾ ਗਲ ਦਾ ਗਹਿਣਾਗਾ ਠੀਕ ਹੈ ਜੀ ਸੋਹਣੇ ਦੇ ਤੋਂ ਕੋਹਨੇ ਤਵੀਤ ਦੇ ਵਿੱਚ ਪਰੋ ਕੇ ਪਹਿਨਿਆ ਜਾਵੇ ਮਖਤੂਲ ਵਿੱਚ ਤੇ ਹੁਣ ਮਖਤੂਲ ਕੀ ਹੈ ਜúnior ਪਹਿਲਾਂ ਤਾਂ ਤੁਸੀਂ ਦੱਸਣ ਦੀ ਕੋਸ਼ਿਸ਼ ਕਰਨੀ ਆ ਮੈਂ ਵਾਰ-ਵਾਰ ਉਹੀ ਕਹਿ ਰਿਹਾ ਕਿ ਬਜ਼ੁਰਗਾਂ ਕੋਲੇ ਵੈ ਕੇ ਕਾਫੀ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਪਰ ਜੇ ਕੋਸ਼ਿਸ਼ ਕਰੀਏ ਸਮਾਂ ਵੀ ਹੈ ਤੇ ਚਲੋ ਅੱਗੇ ਦੇਖਦੇ ਆਂ ਖੈਰ ਹਾਂਜੀ ਹੁਣ ਦੇਖੋ ਤੁਸੀਂ ਤਿਲੜਾ 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 ਕੀ ਆ ਗੱਲ ਦੇ ਵਿੱਚ ਪਹਿਨਿਆ ਜਾਣ ਵਾਲਾ ਗਹਿਣਾ ਯਾਦ ਰੱਖਣੀ ਰੱਖਣਾ ਤਾਂ ਇਹਦੇ ਵਿੱਚ ਸੋਨੇ ਦੀਆਂ ਬਾਰੀਕ ਤਾਰਾਂ ਲੱਗੀਆਂ ਹੁੰਦੀਆਂ ਨੇ ਹਮੇਲ ਵਰਗਾ ਹੀ ਗੱਲ ਦਾ ਗਹਿਣਾ ਹੈ ਇਸ ਵਿੱਚ ਗੋਲ ਗੋਲ ਸੋਨੇ ਦੇ ਪੈਸਿਆਂ ਨੂੰ ਕੁੰਡੇ ਲੱਗੇ ਹੁੰਦੇ ਹਨ ਇਨਾਂ ਨੂੰ ਮਕਤੂਲ ਵਿੱਚ ਪਰੋਕੇ ਗਲ ਵਿੱਚ ਹਮੇਲ ਵਾਂਗ ਪੈਨੇ ਜਾਂਦਾ ਹੈ ਫਰਕ ਸਿਰਫ ਵਿੱਥ ਦਾ ਹੈ ਹਮੇਲ ਵਿੱਚ ਗੁੰਦੇ ਗਏ ਸੋਨੇ ਦੇ ਪੈਸਿਆਂ ਵਿੱਚ ਵਿੱਥ ਘਟ ਹੁੰਦੀ ਹੈ ਜਦੋਂ ਕਿ ਸੋਨੇ ਦੇ ਪੈਸੇ ਨਾਲ-ਨਾਲ ਗੁੰਦੇ ਹੁੰਦੇ ਹਨ ਇਹਦੇ ਵਿੱਚ ਬਸ ਇਨਾ ਹੀ ਫਰਕ ਆ ਹਮੇਲ ਦੇ ਨਾਲੋਂ ਤਿਲੜੇ ਦਾ ਹਮੇਲ ਦੇ ਵਿੱਚ ਤੇ ਇਹਦੇ ਵਿੱਚ ਸਿਰਫ ਇਨਾਕ ਧਿਆਨ ਰੱਖਣਾ ਹਮੇਲ ਵਿੱਚ ਜਿਹੜੇ ਗੁੰਦੇ ਗਏ ਸੋਨੇ ਦੇ ਪੈਸਿਆਂ ਵਿੱਚ ਵਿੱਥ ਘਟ ਹੁੰਦੀ ਹੈ ਜਦੋਂ ਕਿ ਇਹਦੇ ਵਿੱਚ ਨਾਲ-ਨਾਲ ਗੁੰਦੇ ਹੋਏ ਹਾਂ ਉਹਨਾਂ ਦੇ ਵਿੱਚ ਘਟ ਹੁੰਦੀ ਹੈ ਪਰ ਇਹਦੇ ਵਿੱਚ ਸੋਨੇ ਦੇ ਪੈਸੇ ਨਾਲੋਂ ਨਾਲ ਗੁੰਦੇ ਹੁੰਦੇ ਆ ਨਾਲੋਂ ਨਾਲ ਪਾਪ ਉਹਦੇ ਵਿੱਚ ਥੋੜੀ ਥੋੜੀ ਹੁੰਦੀ ਆ ਵਿਥ ਪਰ ਇਹਦੇ ਵਿੱਚ ਬਿਲਕੁਲ ਨਹੀਂ ਹੁੰਦੀ ਤੇ ਇਹੀ ਫਰਕ ਹੈ ਇਹਦੇ ਵਿੱਚ ਬਾਕੀ ਤਾਂ ਹਮੇਲ ਬਾਰੇ ਤਾਂ ਤੁਸੀਂ ਜਰੂਰ ਪੜ੍ਹਿਆ ਹੀ ਹੋਵੇਗਾ ਉਹਦੇ ਬਾਰੇ ਤਾਂ ਜਾਣਕਾਰੀ ਹੋਵੇਗੀ ਤੁਹਾਡੇ ਧਿਆਨ 'ਚ ਹਾਂਜੀ ਚਲੋ ਖੈਰ ਅੱਜ ਜਿੰਨੇ ਇੱਕ ਇੰਨੀ ਕਿ ਜਾਣਕਾਰੀ ਕਾਫੀ ਆ ਤੇ ਵੀਡੀਓ ਕਰਦੇ ਆਪਾਂ ਸਮਾਪਤ ਨਵੀਂ ਵੀਡੀਓ ਦੇ ਨਾਲ ਜਲਦੀ ਮਿਲਦੇ ਆਂ ਕੁਝ ਨਵਾਂ ਸਿੱਖਣ ਨੂੰ ਮਿਲਿਆ ਤਾਂ ਜਰੂਰ ਟਿੱਪਣੀ ਕਰਕੇ ਤੇ ਅੱਗੇ ਸਾਂਝਾ ਜਰੂਰ ਕਰਿਆ ਕਰੋ どうしても言ってバよト。